ਦਾ ਜੱਦੀ ਪਿੰਡ ਮਹਿਰਾਜ ਇੱਕ ਵਾਰ ਫਿਰ ਮੁੜ ਚਰਚਾ 'ਚ ਹੈ। ਚਰਚਾ ਵੀ ਕੀ, ਮਹਿਰਾਜ ਵਾਸੀਆਂ ਲਈ ਖੁਸ਼ਖਬਰੀ ਹੈ। ਮਹਿਰਾਜ ਵਾਸੀਆਂ ਨੂੰ ਜਲਦ ਹੀ ਸੀਵਰੇਜ ਦੇ ਗੰਦੇ ਪਾਣੀ ਤੋਂ ਨਿਜਾਤ ਮਿਲਣ ਜਾ ਰਹੀ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਦੇ ਲੋਕ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਾਫੀ ਲੰਮੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਮੁੱਖ ਮੰਤਰੀ ਪੰਜਾਬ ਦੇ ਜੱਦੀ ਪਿੰਡ ਮਹਿਰਾਜ ਪਿੰਡ ਦਾ ਕੋਈ ਵਾਲੀ ਵਾਰਸ ਹੀ ਨਾ ਹੋਵੇ। ਕਈ ਸਰਕਾਰਾਂ ਆਈਆਂ ਤੇ ਕਈ ਗਈਆਂ, ਮਹਿਰਾਜ ਵਾਸੀਆਂ ਦੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਾ ਹੋਇਆ। ਪਰੰਤੂ ਹੁਣ ਪਿੰਡ ਵਾਸੀਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਿਵਾਉਣ ਦਾ ਇੱਕ ਅਹਿਮ ਉਪਰਾਲਾ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਨਗਰ ਪੰਚਾਇਤ ਦੇ ਤਾਇਨਾਤ ਕਾਰਜ ਸਾਧਕ ਅਫਸਰ ਭਰਤਵੀਰ ਸਿੰਘ ਦੁੱਗਲ ਅਤੇ ਨਗਰ ਪੰਚਾਇਤ ਦੇ ਸਮੂਹ MC ਸਾਹਿਬਾਨ ਨੇ ਆਪਣੇ ਸਿਰ ਲਿਆ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਮਹਿਰਾਜ ਵਾਸੀ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਗੇ। ਗੱਲ ਇਹ ਜੀ, ਇਹ ਜਿਹੜਾ ਸਾਡਾ ਬੋੜਾਂ ਵਾਲਾ ਛੱਪੜ ਵੱਜਦਾ ਜੀ, ਇਹਦੇ ਵਿੱਚ ਪਹਿਲਾਂ ਇੰਨਾ ਸਾਫ਼ ਸੀਗਾ। ਜਦੋਂ ਮੈਂ ਪਹਿਲਾਂ ਸਰਪੰਚ ਹੁੰਦਾ ਸੀਗਾ ਉਦੋਂ ਮੈਂ ਦੋ ਵਾਰੀ ਇਹ ਪਹਿਲਾਂ ਵੀ ਸਾਫ਼ ਕਰਵਾਇਆ ਜੀ। ਹੁਣ ਕੀ ਸੀਗਾ ਵੀ ਇਹਨਾਂ ਨੇ ਮੇਰੇ ਤੋਂ ਪਹਿਲਾਂ ਜਿਹੜੇ ਇੱਥੇ ਮੈਂ ਇਸ ਕੁਰਸੀ 'ਤੇ ਬਿਰਾਜਮਾਨ ਸੀ, ਇਹਨਾਂ ਨੇ ਸਾਰਾ ਪਿੰਡ ਦਾ ਟੋਟਲ ਗੰਦਾ ਪਾਣੀ ਜਿਹੜਾ ਸੀਗਾ ਉਹ ਛੱਪੜ ਦੇ ਵਿੱਚ ਪਾਤਾ ਸੀਵਰੇਜ ਦਾ। ਉਹਦਾ ਐਡਾ ਮਾੜਾ ਹਾਲ ਸੀ ਕਿ ਉਹ ਪਾਣੀ ਲੋਕਾਂ ਦੇ ਘਰਾਂ 'ਚ ਵੜ ਜਾਂਦਾ ਸੀਗਾ, ਜਿਹਦੇ 'ਚ ਕਹਿ ਲਓ ਵੀ ਨਾ ਬਾਅਦ 10-12 ਫੁੱਟ ਪਾਣੀ ਸੀਗਾ ਗੰਦਾ। ਉਹ ਸਾਰੇ ਦਾ ਸਾਰਾ ਅਸੀਂ ਹੁਣ ਖਾਲੀ ਕਰਵਾ ਕੇ ਜੀ ਉਹਨੂੰ 5-7 ਦਿਨ ਮੇਰੇ ਸਮੂਹ MCਾਂ ਨੇ ਅਤੇ ਸਮੂਹ ਮੇਰੇ ਵੋਟਰਾਂ ਵੀਰ ਜਿਹੜੇ ਉਸ ਨਾਲ ਸੰਬੰਧਿਤ ਹੈ ਉਹਨਾਂ ਨੇ ਇੰਨਾ ਜ਼ਿਆਦਾ ਸਹਿਯੋਗ ਦਿੱਤਾ ਜਿਹਦਾ ਅਸੀਂ 5-7 ਦਿਨਾਂ ਦੇ ਵਿੱਚ ਉਹ ਸਾਰਾ ਪਾਣੀ ਕੱਢ ਕੇ ਬਾਹਰ ਹੁਣ ਅਸੀਂ ਉੱਥੇ ਮਸ਼ੀਨਾਂ ਲਾ ਕੇ ਜੀ ਉਹਦੀ ਗਾਰ ਕੱਢ ਰਹੇ, ਜਿਹੜੀ ਕਿ ਤਕਰੀਬਨ 12-13 ਸਾਲਾਂ ਤੋਂ ਉਹਦਾ ਬੁਰਾ ਹਾਲ ਸੀਗਾ ਅਤੇ ਹੁਣ ਉਹਨੂੰ ਸਾਫ਼ ਕਰਕੇ ਅਸੀਂ ਛੇਤੋਂ ਛੇਤੀ ਸਾਡਾ ਇਹ ਹੈ ਵੀ ਉਹ ਸੀਵਰੇਜ ਦਾ ਜਿਹੜਾ ਪਿੰਡ ਦੇ ਵਿੱਚ ਪਾਣੀ ਭਰ ਜਾਂਦਾ ਸੀ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਬੁਰਾ ਹਾਲ ਸੀਗਾ। ਲੋਕ ਚੀਕਾਂ ਮਾਰਦੇ ਸੀਗੇ ਵੀ ਸਾਡਾ ਐਡਾ ਬੁਰਾ ਹਾਲ ਹੋ ਗਿਆ ਵੀ ਅਸੀਂ ਆਪਦੇ ਘਰਾਂ ਤੋਂ ਬਾਹਰ ਨਿਕਲਣ ਜੋਗੇ ਨਹੀਂ। ਹੁਣ ਅਸੀਂ ਉਹਨੂੰ ਸਾਫ਼ ਕਰਵਾ ਕੇ ਵੀ ਉਹਦਾ ਸਾਰਾ ਮਿੱਟੀ ਮੁੱਟੀ ਕੱਢ ਕੇ ਉਹਦੀਆਂ ਜਿਹੜੀਆਂ ਸਾਈਡਾਂ ਵਾਲੀਆਂ ਵੱਟਾਂ ਬੰਨ੍ਹ ਕੇ ਉਹ ਅਤੇ ਜਿਹੜੀਆਂ ਪਾਣੀ ਜ਼ਿਆਦਾ ਜਦੋਂ ਓਵਰਫਲੋ ਹੋ ਜਾਂਦਾ ਸੀਗਾ ਲੋਕਾਂ ਦੀਆਂ ਫਸਲਾਂ ਵੀ ਬਰਬਾਦ ਕਰ ਦਿੰਦਾ ਸੀ, ਲੋਕਾਂ ਦੀਆਂ ਖੜੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਸੀਗੀਆਂ, ਲੋਕਾਂ ਦੇ ਘਰਾਂ 'ਚ ਵੜ ਜਾਂਦਾ ਸੀ, ਬਿਮਾਰੀਆਂ ਫੈਲਦੀਆਂ ਸੀਗੀਆਂ। ਉਹ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਸਹਿਯੋਗੀ ਸੱਜਣਾਂ ਦੇ ਸਾਥ ਨਾਲ ਬਹੁਤ ਜਲਦੀ ਇਹ ਅਸੀਂ 2-4 ਦਿਨਾਂ ਦੇ ਵਿੱਚ ਹੀ ਉਹਨੂੰ ਸਾਫ਼ ਕਰਕੇ ਅਤੇ ਲੋਕਾਂ ਨੂੰ ਸੁੱਖ ਦੇ ਵਾਲੇ ਪਾਸੇ ਨੂੰ ਲਿਜਾ ਰਹੇ ਹਾਂ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।